ਸਤਿ ਸ਼੍ਰੀ ਅਕਾਲ। ਆਸ ਕਰਦੀ ਹਾਂ ਕਿ ਤੁਸੀਂ ਸਭ ਠੀਕ ਠਾਕ ਹੋਵੋਗੇ। ਪਰਮਾਤਮਾ ਅੱਗੇ ਸਰਬੱਤ ਦੇ ਭਲੇ ਦੀ ਅਰਦਾਸ ਕਰਦੀ ਹਾਂ। ਕੁਛ ਦਿਨ ਪਹਿਲਾਂ ਮੈਂ ਇਹ ਅਖਬਾਰ ਲੈ ਕੇ ਆਈ ਸੀ ਪਰ ਅਜੇ ਤੱਕ ਪੜ੍ਹ ਨਹੀਂ ਸਕੀ। ਸਾਡੇ ਬਚਪਨ ਵਿੱਚ ਸ਼ਾਇਦ ਹਰ ਇੱਕ ਨੂੰ ਅਖਬਾਰ ਦੀ ਉਡੀਕ ਰਹਿੰਦੀ ਸੀ, ਖਾਸ ਕਰਕੇ ਹਰ ਹਫ਼ਤੇ ਆਉਣ ਵਾਲੀ ਗੁਗਲੀ ਲਈ। ਉਹ ਸਮੇਂ ਬਹੁਤ ਚੰਗੇ ਸਨ ਕਿਉਂਕਿ ਅਸੀਂ ਆਜ਼ਾਦ ਪੰਛੀ ਹੁੰਦੇ ਸੀ, ਸ਼ਾਇਦ ਇਸ ਕਰਕੇ। ਬੇਟੀ ਨੂੰ ਸਕੂਲ ਤੋਂ ਲੈਣ ਆਈ ਸੀ ਅਤੇ ਮੀਂਹ ਪੈਣਾ ਸ਼ੁਰੂ ਹੋ ਗਿਆ। ਅੱਜ ਕੱਲ੍ਹ ਮੌਸਮ ਕਾਫ਼ੀ ਜ਼ਿਆਦਾ ਠੰਡਾ ਹੋ ਗਿਆ ਹੈ ਅਤੇ ਮੈਨੂੰ ਸਰਦੀਆਂ ਬਿਲਕੁਲ ਵੀ ਪਸੰਦ ਨਹੀਂ ਹਨ। ਅਸੀਂ ਘਰ ਪਹੁੰਚਣ ਵਾਲੇ ਹਾਂ। ਚਲੋ ਅੱਜ ਚੱਲ ਕੇ ਅਦਰਕ ਦੀ ਚਾਹ ਬਣਾਉਂਦੇ ਹਾਂ ਕਿਉਂਕਿ ਦਵਾਈਆਂ ਦੀ ਔਲਰੇਡੀ ਸ਼ੋਰਟੇਜ ਚੱਲ ਰਹੀ ਹੈ। ਇਸ ਤੋਂ ਪਹਿਲਾਂ ਕਿ ਠੰਡ ਕਾਰਨ ਕਿਸੇ ਨਾ ਕਿਸੇ ਨੂੰ ਖੰਘ ਜਾਂ ਜ਼ੁਕਾਮ ਹੋ ਜਾਵੇ। ਮੇਰੇ ਦੋਹਾਂ ਬੱਚਿਆਂ ਦੇ ਟੇਸਟ ਬਿਲਕੁਲ ਇੱਕ ਦੂਜੇ ਤੋਂ ਅਲੱਗ ਹਨ। ਹਰ ਰੋਜ਼ ਬੜਾ ਮੁਸ਼ਕਲ ਹੁੰਦਾ ਹੈ ਕਿ ਅੱਜ ਕਿਸ ਲਈ ਕੀ ਬਣਾਇਆ ਜਾਵੇ ਤਾਂ ਜੋ ਉਹ ਚਾਹ ਨਾਲ ਰੱਜ ਕੇ ਖਾ ਸਕਣ। ਬੇਟੀ ਆਪਣਾ ਖਾ ਪੀ ਕੇ 3:30 ਵਜੇ ਤੱਕ ਵਿਹਲੀ ਹੋ ਜਾਵੇਗੀ। ਉਸ ਤੋਂ ਬਾਅਦ ਸ਼ਾਇਦ ਕਈ ਵਾਰੀ ਉਹ ਸੌਂ ਜਾਂਦੀ ਹੈ ਕੁਝ ਟਾਈਮ ਦੇ ਲਈ, ਕਿਉਂਕਿ ਫਿਰ ਦੇਰ ਰਾਤ ਤੱਕ ਸਕੂਲ ਦਾ ਕੰਮ ਕਰਨਾ ਹੁੰਦਾ ਹੈ ਅਤੇ ਬੇਟਾ ਥੋੜ੍ਹੀ ਦੇਰ ਤੱਕ ਆ ਜਾਵੇਗਾ। ਆ ਕੇ ਸਭ ਤੋਂ ਪਹਿਲਾਂ ਆਪਣੇ ਮਨਪਸੰਦ ਪਕੌੜੇ ਮੰਗੇਗਾ ਜੋ ਕਿ ਕੁਝ ਸਮਾਂ ਪਹਿਲਾਂ ਹੀ ਬਣਾ ਕੇ ਰੱਖੇ ਹਨ।